ਖੂਬ ਯਾਰ ਕੋਈ ਖਬਰ ਸੁਣੀ ਆ ਘੁੰਮ ਦੀ ਕੋਈ ਖਬਰ ਸ਼ਬਰ ਵੀ ਉਹ ਯਾਰ ਖਬਰ ਕਾਕਾ ਕੀ ਸੁਣਨੀ ਹੈ ਭਾਈ ਆ ਮੇਰਾ ਤਾਂ ਟੀਵੀ ਖਰਾਬ ਹੋਇਆ ਪਿਆ ਮੈਂ ਤਾਂ ਪਰੇਸ਼ਾਨ ਹਾਂ ਆਪਣੇ ਟੀਵੀ ਤੇ ਉਹ ਨੀ ਜੇ ਬੜਿਆ ਇੱਕ ਨੇ ਜਗਾ ਤਾਂ ਦੂਏ ਥਾਂ ਰੱਖਿਆ ਪਿਆ ਹੁਣ ਉੱਥੇ ਬਣੂਗਾ ਤੇ ਫੇਰ ਹੀ ਕੋਈ ਖਬਰ ਸੁਣਾਉਣੀ ਤੁਹਾਨੂੰ ਹੁਣ ਮੈਂ ਖਬਰ ਸੁਣਾਵਾਂ ਕਿੱਦਾਂ ਮੇਰੇ ਕੋਲ ਤਾਂ ਹੈ ਹੀ ਨੀ ਖਬਰ ਯਾਦਗਾਰ ਹੁੰਦਾ ਹੈ ਯਾਦਗਿਰੀ ਪਈ ਰਹਿੰਦੀ ਹੈ ਜਿਹੜੀ ਹਕੂਮਤ ਉਹਦੀ ਦੇਖਦੀ ਹਾਂ ਦੇਖਦੀ ਹੈ ਯਾਰ ਆ ਵੀ ਤੁਹਾਨੂੰ ਤੋਹਫਾ ਮਿਲਿਆ ਸਾਊਦੀ ਤਰਫੋਂ ਬਿਲਕੁਲ ਹਾਏ 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 ਆ ਤੇ ਜ਼ੁਲਮ ਕੀਤਾ ਉਹਨੇ ਜੀ ਜੁਰਮ ਕੀਤਾ ਜ਼ੁਲਮ ਕੀਤਾ ਹੈ ₹2 ਕਰੋੜ ਜਮਾ ਕਰਾ ਕੇ ਬਾਕੀ ਰਕਮ ਆਪ ਲੈ ਲਈ ਭਾਈ ਮਾੜਾ ਕੀਤਾ ਗਾੜੀ ਫਿਰ ਉਹਨੇ 28 ਕਰੋੜ ਦੀ ਖਬਰ ਸੁਣਨੀ ਪੈਂਦੀ ਟੀਵੀ ਉਹ ਪੁਰਾਣਾ ਹੋ ਗਿਆ ਜਿਦਾਂ ਮੈਂ ਪੁਰਾਣਾ ਹੋ ਗਿਆ ਏਦਾਂ ਹੀ ਟੀਵੀ 40 ਸਾਲ ਹੋ ਗਏ ਉਹਨੂੰ ਚੱਲਦੇ ਨੂੰ ਹੁਣ ਖਰਾਬ ਨਾ ਹੋਵੇ ਤੇ ਕੀ ਹੋਵੇ ਖਰਾਬ ਹੋਇਆ ਬਣ ਕੇ ਆ ਜਾਊਗਾ ਜੀ ਜਿਹੜਾ ਹੀਰਾ ਸੀ ਨਾ ਘੜੀ ਸੀ ਜਿਹੜੀ ਉਹਦੇ ਵਿੱਚ ਨਿੱਕੇ ਨਿੱਕੇ ਹੀਰੇ ਜਿਹੜੇ ਸੀ ਨਾ ਖਾਨਾ ਕਾਬਾ ਦੀ ਵਿੱਚ ਤਸਵੀਰ ਬਣੀ ਸੀ ਵਾਹ ਭਾਈ ਵਾਹ ਉਹ ਤੋਹਫਾ ਮਿਲਿਆ ਸੀ ਕਿਤੇ ਵੇਚਿਆ ਕਿਤੇ ਦੁਬਈ ਜਾ ਕੇ ਹਾਂਜੀ ਦੁਬਈ ਵੇਚਿਆ ਜਾ ਆ ਤਾਂ ਮਾੜਾ ਬੜਾ ਬਾਣਾ ਕੀਤਾ ਜਿਸ ਬੰਦੇ ਨੂੰ ਲਿਆ ਸੀ ਨਾ ਉਹ ਸਾਹਮਣੇ ਆ ਗਿਆ ਅੱਛਾ ਟੀਵੀ ਦੇ ਉੱਤੇ ਇੱਕ 10 ਵਜੇ ਇੱਕ ਪ੍ਰੋਗਰਾਮ ਆਉਂਦਾ ਵਾ ਸ਼ਾਹਜੇਬ ਦਾ ਉਹਦੇ ਵਿੱਚ ਸਾਨੂੰ ਪਤਾ ਅਸੀਂ ਸੁਣਿਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਅੱਛਾ ਹਾਂਜੀ ਉਹ ਵੇਚ ਇਹ ਆਂਦਾ ਜੀ ਮੈਂ ਹੁਣ ਉਹਨਾਂ ਦੇ ਉੱਤੇ ਕੇਸ ਕਰਨਾ ਵਾ ਹੈ ਜੀ ਉਹ ਕੇਸ ਵੀ ਨਹੀਂ ਕਰ ਸਕਦਾ ਕੇਸ ਨਹੀਂ ਉਹਨਾਂ ਤੇ ਬਣਨਾ ਸ਼ਾਹਜੇਬ ਜਿਹੜਾ ਨਾ ਉਹ ਵੀ ਕਹਿ ਰਿਹਾ ਨਾ ਇਮਰਾਨ ਖਾਨ ਨੂੰ ਕੇਸ ਕਰੋ ਆਓ ਸਾਹਮਣੇ ਜੀ ਸਦਕੇ ਆਓ ਕਰ ਦੇਣਾ ਚਾਹੀਦਾ ਕੇਸ ਕਰੋ ਹੈ ਜੀ ਤੇ ਉਹ ਅਜੇ ਕੋਈ ਕੇਸ ਵੀ ਨਹੀਂ ਕਰ ਸਕਦੇ ਨਾ ਬਣਨਾ ਜਾਂ ਕੇਸ ਅੱਛਾ ਹਾਂਜੀ ਉਹ ਹੁਣ ਮੇਰੇ ਕੋਲ ਜਿਹੜੀ ਤੋਹਫਾ ਜਿਹੜਾ ਵਾ ਉਹਦਾ ਹਰ ਮਤਲਬ ਰੌਲਾ ਪਿਆ ਹੋਇਆ ਰੌਲਾ ਪਿਆ ਹੈ ਸਬੂਤ ਉਸ ਬੰਦੇ ਕੋ ਹਰ ਪੂਰਾ ਸਬੂਤ ਹੈ ਹਰ ਸਬੂਤ ਤੇਰਾ ਭਲਾ ਹੋਵੇ ਆ ਗਾ ਤੇ ਗੱਲ ਬਿਲਕੁਲ ਸਬੂਤ ਆ ਦੇਖੋ ਹਾਂਜੀ